ਬਾਈ ਸਸੇ ਕਾਲ ਸਾਰੇ ਵੀਰਾਂ ਨੂੰ ਉਮੀਦ ਕਰਦਾ ਸਭ ਠੀਕ ਹੋਣਗੇ ਅਸੀਂ ਵੀ ਠੀਕ ਆ ਆ ਬੱਚੀ ਜੀ ਆਪਣੀ 18 ਕੁ ਮਹੀਨੇ 19 ਮਹੀਨੇ ਦੀ ਬਾਹਿਰਾ ਸੋ ਗਰਮੀਆਂ ਕਰਕੇ ਥੋੜਾ weight ਘਟਿਆ ਕੁੜੀ ਦਾ ਬੱਚੀ ਦਾ ਸੋਰੀ ਪਰ ਹੁਣ ਬਸ ਸਾਰੇ ਘੋੜਿਆਂ ਦੀ ਡਾਈਟ ਚੱਲ ਰਹੀ ਹੈ ਪ੍ਰੋਪਰ ਪ੍ਰਮਾਤਮਾ ਨੇ ਚਾਇਆ ਤਾਂ ਛੇਤੀ 1.5-2 ਮਹੀਨਿਆਂ ਤੱਕ ਪੂਰੇ ਫਿੱਟ ਜਾਨਵਰ ਦਿਖਾਵਾਂਗੇ ਹਨ ਸੋ ਇਹ ਬਾਹਿਰਾ ਜੀ ਸਾਡੀ ਅਲੀ ਗੌਂਡਰ ਦੀ ਬੱਚੀ ਆ ਬਾਈ ਜੀ ਅਲੀ ਗੌਂਡਰ ਦੀ ਬੱਚੀ ਆ ਇਸ ਟਾਈਮ 60 60 ਦੇ ਨੇੜੇ ਆ ਅਸੀਂ ਨਾਪੀ ਨਹੀਂ ਕਿਉਂਕਿ ਆ ਦਸੰਬਰ ਚ ਜਾ ਕੇ ਇਹਦੀ ਹਾਈਟ ਮਾਪਾਂਗੇ ਜਦੋਂ ਇਹ 2 ਸਾਲ ਪੂਰੇ ਕਰੂਗੀ ਠੀਕ ਹੈ ਨਾ ਤੇ ਬਾਕੀ ਮੀਂਹ ਪਏ ਕਰਕੇ ਬਾਈ ਬਹੁਤ ਖਲਾਰਾ ਪਿਆ ਹੋਇਆ ਬਹੁਤ ਜ਼ਿਆਦਾ ਵਾਲੇ ਦਵਾਲੇ ਜੇ ਤੁਹਾਨੂੰ ਜੰਗਲ ਦੇਖਦਾ ਹੋਣਾ ਪਿਆ ਸਾਰਾ ਐਡਾ ਰਹਿੰਦਾ ਨਹੀਂ ਹੁਣ ਨੂੰ ਤਾਂ ਦਵਾਈ ਦੂਈ ਮਾਰ ਦੇਣੀ ਸੀ ਪਰ ਸੋਚੀਦਾ ਭਾਈ ਵਧੀਆ ਤਰੀਕੇ ਨਾਲ ਨਾ ਜਿਵੇਂ ਆਪਣੇ ਜਾਨਵਰਾਂ ਨੂੰ ਯਾਰ ਹਰਾ ਖਾਣ ਨੂੰ ਵਧੀਆ ਮਿਲ ਜਾਂਦਾ ਸ਼ਾਮ ਨੂੰ ਹੁਣ ਜਿਵੇਂ ਹੱਲੇ ਤਾਂ ਬਾੜੇ 'ਚ ਅੰਦਰ ਛੱਡੀ ਹੋਈ ਆ ਇਹ ਸੋ ਨਹੀਂ ਤਾਂ ਜ਼ਿਆਦਾਤਰ ਅਸੀਂ ਬਾਹਰ ਹੀ ਖੁੱਲੇ ਛੱਡ ਦਈਦੀ ਆ ਜਾਨਵਰ ਜਿਵੇਂ ਦੋ ਦੋ ਜਿਹੜੇ ਜਾਨਵਰ ਖੱਪ ਨਹੀਂ ਪਾਉਂਦੇ ਨਾ ਉਹਨਾਂ ਨੂੰ ਛੱਡ ਦੇਈਦਾ ਵੀ ਚਲੋ ਯਾਰ ਆਪਣਾ ਕਰੋ ਐਨਜੋਏ ਦੀ ਲਾਈਫ ਠੀਕ ਹੈ ਨਾ ਤੇ ਬਾਕੀ ਆ ਦੇਖ ਰਿਹਾ ਤੁਸੀਂ ਹੈਦਰ ਇਹ ਅਦਾਲਤ ਨਾਲ ਸਾਡਾ ਪਿੰਕਾ ਉਸਤਾਦ ਸ਼ਾਮ ਦਾ ਟਾਈਮ ਸੀਗਾ ਸੋ ਚਲੋ ਦਿਲ ਕੀਤਾ ਵੀ ਇੱਕ ਸਾਂਝੀ ਮਨਜੀ ਜੀ ਵੀਡੀਓ ਕਰ ਲਈ ਕਿਉਂਕਿ ਕੋਈ ਟੌਪਿਕ ਤਾਂ ਮਿਲਦਾ ਨਹੀਂ ਬਾਈ ਯਾਰ ਆ ਕੋਈ ਭਰਾ ਪੁੱਛੇ ਭਾਈ ਆ ਚੀਜ਼ ਐ ਉਹ ਚੀਜ਼ ਐ ਚਲੋ ਆਪਾਂ ਐਡੇ ਜੋਗੇ ਤਾਂ ਹੈ ਨਹੀਂ ਪਰ ਤਾਂ ਵੀ ਇੱਕ ਗਰੁੱਪ ਤੋਂ ਦੋਸਤਾਂ ਤੋਂ ਪੁੱਛ ਕੇ ਕਿਸੇ ਨਾ ਕਿਸੇ ਦੀ ਹੈਲਪ ਹੋ ਜਾਂਦੀ ਆ ਤੇ ਚਲੋ ਜੋ ਵੀ ਆ ਸੋ ਆ ਆਪਣਾ ਹੈਦਰ ਆ ਹੈਦਰ ਆ ਬਾਈ ਜੀ ਇਹ 62 ਤੋਂ ਉੱਪਰ ਹੋ ਚੁੱਕਿਆ ਤੇ ਹੱਲੇ 28 ਮਹੀਨੇ ਦਾ ਲਾ ਲਓ ਤੁਸੀਂ ਵੀ ਦੰਦ ਲਾਏ ਨੇ ਹੁਣ ਹੁਣ ਦੰਦ ਕਰੂਗਾ ਠੀਕ ਐ ਨਾ ਸੋ ਆ ਤੁਹਾਨੂੰ ਬਾਹਰ ਦੀ ਜਗ੍ਹਾ ਦਿਖਾ ਰਿਆਂ ਜਿੱਥੇ ਆ ਸਾਡਾ ਛਟਕੂ ਜਿਹੜਾ ਕਿ ਬਸ ਇਹਨੂੰ ਜਾਦਾ ਆਜ਼ਾਦ ਹੀ ਛੱਡੀਦਾ ਹੈ ਭਾਈ ਜਾਦਾ ਆਜ਼ਾਦ ਠੀਕ ਹੈ ਤੇ ਵੀਰੇ ਆਪਾਂ ਕੋਈ ਪ੍ਰੋਫੈਸ਼ਨਲੀ ਵੀਡੀਓ ਬਣਾਉਣ ਲਈ ਜੋ ਦਿਲ ਕਰਦਾ ਉਹ ਬੋਲਦੇ ਹੀ ਦਾ ਜਿੱਦਾਂ ਦਿਲ ਕਰਦਾ ਉਦਾਂ ਬਣਾ ਲਈਦੀ ਆ ਵੀਡੀਓ ਤੇ ਕੋਈ ਪ੍ਰੋਫੈਸ਼ਨਲੀ ਵੀ ਆਹੀਂ ਕਰਨਾ ਆਹੀਂ ਕਰਨਾ ਸਾਡੇ ਘੋੜੇ ਲਿਬੜੇ ਹੋਣ ਤੇ ਬੜੇ ਹੋਣ ਸਾਫ਼ ਹੋਣ ਜਿਵੇਂ ਮਰਜ਼ੀ ਆ ਸੋ ਆਪਾਂ ਨੇ ਕੀ ਕਰਦੇ ਆ ਕੋਸ਼ਿਸ਼ ਵੀ ਭਾਈ ਬਸ ਜੋ ਭਰਾਵਾਂ ਨਾਲ ਗੱਲ ਸ਼ੇਅਰ ਕਰ ਲਈਏ ਕਿਉਂਕਿ ਜਿਹੜੇ ਵੀ ਜਾਨਵਰ ਆਪਣੇ ਕੋਲ ਆ ਤੁਸੀਂ ਜੇ ਵੀਡੀਓ ਦੇਖਦੇ ਹੋਵੋਗੇ ਵੀਰੇ ਆਪਾਂ ਕੋਈ ਏਜ ਦਾ ਹੋ ਨਹੀਂ ਕਿਸੇ ਜਾਨਵਰ ਦੀ ਕਿਉਂਕਿ ਸ਼ੁਰੂ ਤੋਂ ਆਪਾਂ ਵੀਡੀਓ ਬਣਾਉਨੇ ਆ ਅ ਜਦੋਂ ਹੈਦਰ ਸੀਗਾ ਜਿੰਨੇ ਟਾਈਮ ਦਾ ਬਾਹਿਰਾ ਸੀਗੀ ਸੀਗੀ ਨਹੀਂ ਹੈਗੀ ਮਤਲਬ ਜਿਹੜੇ ਸੋ ਸਭ ਘਟੋ ਘਟ ਸਭ ਨੂੰ ਦੇਖਦੇ ਆ ਕਿਸੇ ਨੂੰ 8 ਮਹੀਨੇ ਹੋ ਗਏ ਕਿਸੇ ਨੂੰ ਸਾਲ ਹੋ ਗਿਆ ਠੀਕ ਹੈ ਹੁਣ ਇਹ ਬੇਬੀ ਬੌਰਨ ਹੋਇਆ ਸੀ ਜਦੋਂ ਉਦੋਂ ਦੀ ਵੀਡੀਓ ਜਿਸ ਦਿਨ ਬੱਚਾ ਪੈਦਾ ਹੋਇਆ ਉਦੋਂ ਦੀ ਵੀ ਪਈ ਹੋਈ ਹੈ ਵੀਡੀਓ ਹੈਨਾ ਸੋ ਭਾਈ ਇੱਥੇ ਕੋਈ ਝੂਠ ਤੂਫਾਨ ਰਹਿ ਹੀ ਨਹੀਂ ਜਾਂਦਾ ਕੋਈ ਝੂਠ ਵਾਲਾ ਚੱਕਰ ਰਹਿ ਹੀ ਨਹੀਂ ਜਾਂਦਾ ਕਿਉਂਕਿ ਜੋ ਹੈ ਸਭ ਦੇ ਸਾਹਮਣੇ ਹੈ ਤੇ ਜਿੱਦਾਂ ਹੈ ਉਦਾਂ ਹੈ ਤੇ ਇਹ ਬੱਚਾ ਸਾਡਾ ਇਹਦਾ ਬਹੁਤ ਆੜੀ ਹੈ ਘੋੜੇ ਦਾ ਪਰ ਉਹ ਕੋ ਜਿਹੜਾ ਆਪਣਾ ਬੱਚਾ ਦੂਜਾ ਇਹ ਥੋੜਾ ਹੁਣ ਜਿਵੇਂ 10 11ਵੇਂ ਮਹੀਨੇ 10ਵੇਂ ਜਾਂ 11ਵੇਂ ਮਹੀਨੇ ਚੱਲ ਰਿਹਾ ਹੋਊਗਾ ਸੋ ਪਰ ਉਹ ਸ਼ਰਾਰਤੀ ਬਹੁਤ ਉੱਤੇ ਚੜਦਾ ਹੈ ਦੰਦियां ਵੱੜਦਾ ਹੈ ਇਹਦੇ ਠੀਕ ਹੈ ਤੇ ਸਹੀ ਗੱਲ ਦੱਸਾਂ ਤਾਂ ਹਾਲੇ ਤੱਕ ਜਿਹੜੀ ਇਹਦੀ ਮਦਰ ਦੀ ਡੈਥ ਹੋਈ ਸੀ ਨਾ ਉਹ ਹਾਲੇ ਤੱਕ ਇਹ ਬੱਚਾ ਉਹਨੂੰ ਭੁੱਲ ਨਹੀਂ ਪਾਇਆ ਸੀ ਬਹੁਤ ਪਿਆਰ ਕੀਤਾ ਵੱਧ ਤੋਂ ਵੱਧ ਟਾਈਮ ਦਿੱਤਾ ਇਹਨੂੰ ਵੀ ਜਿੰਨਾ ਟਾਈਮ ਦੇ ਸਕੀਏ ਪਰ ਇਹ ਹਾਲੇ ਵੀ ਜਿਹੜੇ ਕਮਰੇ 'ਚ ਇਹਦੀ ਮਾਂ ਨੂੰ ਬੰਨੀਦਾ ਸੀਗਾ ਬਾਈ ਜੀ ਹਾਲੇ ਵੀ ਉੱਥੇ ਹੀ ਜਾ ਕੇ ਖੜ ਜਾਂਦਾ ਹੈ اپنی ماں ਨੂੰ ਲੱਭਦਾ ਹੈ ماں ਤਾਂ ماں ਹੁੰਦੀ ਆ ਬਾਈ ਠੀਕ ਹੈ ਨਾ ਸੋ ਇਸ ਕਰਕੇ ਬਈ ਬਹੁਤ ਧਿਆਨ ਰੱਖਿਓ ਸਾਡੇ ਦਾ ਸੀ ਤਾਂ ਹੁਣ ਇਹੀ ਕਹਿ ਸਕਦੇ ਆਂ ਕੋੜੀ ਗਈ ਰੱਬ ਦਾ ਭਣਾ ਸਮਝ ਕੇ ਪਈ ਦਿਲ ਨੂੰ ਤਲਾਸ਼ਾ ਦੇ ਲਈਦਾ ਕਿ ਜਿੰਨੇ ਉਹਦੇ ਲਿਖੀ ਸੀਗੀ ਠੀਕ ਆ ਪਰ ਇੱਕ ਗੱਲ ਹੈ ਜੇ ਬੱਚੇ ਪੈਦਾ ਕਰਨ ਵਾਲੀਆਂ ਚੰਗੇ ਬੱਚੇ ਪੈਦਾ ਕਰਨ ਵਾਲੀਆਂ ਬਹੁਤ ਰੇਅਰ ਤੇ ਘੱਟ ਘੋੜੀਆਂ ਹੁੰਦੀਆਂ ਬਈ ਬੱਚਾ ਹਰੇਕ ਪੈਦਾ ਕਰਦੀ ਪਰ ਕੁਝ ਨਾ ਚੀਜ਼ਾਂ ਹੁੰਦੀਆਂ ਨੇ ਚਲੋ ਬਾਕੀ ਤੁਸੀਂ ਵੀ ਗਿਆਨੀ ਧਿਆਨੀ ਬੰਦੇ ਹੋ ਸਾਰੇ ਗਿਆਨ ਸਭ ਨੂੰ ਆ ਠੀਕ ਹੈ ਨਾ ਸੋ ਪਰ ਬੱਚੇ ਨੂੰ ਮਾਂ ਦੇ ਜਾਣ ਤੋਂ ਬਹੁਤ ਫਰਕ ਪੈਂਦਾ ਵੀਰੇ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਆ ਵੀ ਇਸ ਦਾ ਦਿਲ ਲੱਗੇ ਦਿਲ ਲੱਗੇ ਦਿਲ ਲੱਗੇ ਪਰ ਬਈ ਕਿੱਥੇ ਮਾਂ ਤੋਂ ਬਿਨਾਂ ਦਿਲ ਲੱਗਦਾ ਯਾਰ ਜਦੋਂ ਮਾਂ ਹੁੰਦੀ ਸੀ ਨਾ ਉਦੋਂ ਆਪਾਂ ਕੀ ਕਮਾ ਬਈ ਵੀ ਇੰਨੀ ਮਸਤੀ ਕਰਦਾ ਸੀਗਾ ਜਦੋਂ ਦੀ ਮਾਂ ਪੂਰੀ ਹੋਈ ਆ ਮੈਂ ਨਹੀਂ ਇਹ ਬੱਚੇ ਨੂੰ ਮਸਤੀ ਕਰਦੇ ਦੇਖਿਆ ਵੀਰੇ ਜਿਵੇਂ ਫ੍ਰੀ ਫਿਰਦਾ ਸੀ ਪੂਛ ਚੱਕ ਕੇ ਐਨ ਵਧੀਆ ਤਰੀਕੇ ਨਹੀਂ ਉਸ ਤੋਂ ਬਾਅਦ ਨਹੀਂ ਵੀਰੇ ਦੇਖਿਆ ਐਨਾ ਫਰਕ ਪੈ ਗਿਆ ਠੀਕ ਆ ਵੀਰ ਜੀ ਬਾਕੀ ਹੋਰ ਸਾਡੇ ਲੈ ਕੋਈ ਸੇਵਾ ਹੋਵੇ ਕੋਈ ਗੱਲਬਾਤ ਤਾਂ ਜਦੋਂ ਮਰਜ਼ੀ ਕੋਈ ਵੀਰ ਮੈਸੇਜ ਕਰ ਦੇਵੇ ਠੀਕ ਆ ਫੋਨ ਨੰਬਰ ਵੀ ਵਿੱਚ ਹੀ ਦਿੱਤਾ ਹੁੰਦਾ ਸਾਡਾ ਜਦੋਂ ਮਰਜ਼ੀ ਮੈਸੇਜ ਕਰੇ ਫੋਨ ਕਰੇ ਜੋ ਦਿਲ ਕਰਦਾ ਉਹ ਮੈਸੇਜ ਕਰ ਤੋ ਬਈ ਠੀਕ ਹੈ ਨਾ ਵੀਰੇ ਬਾਕੀ ਰੱਬ ਦੇ ਸਾਰੇ ਚੱਲ ਰਿਹਾ ਆ ਮੌਸਮ ਚ ਬਸ ਇੰਨਾ ਐ ਕਿ ਮੀਂਹ ਕਰਕੇ ਖਲਾਰਾ ਬਹੁਤ ਪਿਆ ਹੋਇਆ ਕਾਹੀਂ ਕਾਹੀਂ ਪਰ ਅਸੀਂ ਦਵਾਈ ਦੂਈ ਕੁਛ ਛਿੜਕਣਾ ਨਹੀਂ ਚਾਹੁੰਦੇ ਵੀ ਜਿੰਨਾ ਘੋੜੇ ਵਧੀਆ ਸ਼ਾਮ ਨੂੰ ਕੱਢੀਦਾ ਡੇਢ ਦੋ ਘੰਟੇ ਨਾ ਘਾਹ ਨੂੰ ਹੀ ਚੁੱਬੜੇ ਰਹਿੰਦੇ ਐ ਹਨ ਚਲੋ ਆਪਾਂ ਨੂੰ ਵੀ ਖੁਸ਼ੀ ਹੁੰਦੀ ਐ ਕਿਉਂ ਥੈਂਕ ਯੂ ਬਈ ਬਾਕੀ ਹੁਣ ਵੀਡੀਓ ਖਤਮ ਧੰਨਵਾਦ